ਜੱਟ ਤੇ ਜ਼ਮੀਨ ਦਾ ਰਿਸ਼ਤਾ ਮਾਂ ਤੇ ਪੁੱਤ ਵਾਲਾ ਹੁੰਦਾ ਹੈ, ਪਰ ਇਹ ਕਿਹੋ ਜਿਹੀ ਮਾਂ ਹੈ ਜੋ ਆਪਣੇ ਹੀ ਪੁੱਤਾਂ ਨੂੰ ਖਾ ਰਹੀ ਹੈ। ਆਏ ਦਿਨ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਅਨੇਕਾਂ ਵਾਰਦਾਤਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ। ਕਿਧਰੇ ਚਾਚੇ ਨੇ ਭਤੀਜੇ ਨੂੰ, ਪੁੱਤ ਨੇ ਪਿਓ ਨੂੰ, ਭਾਈ ਨੇ ਭਾਈ ਨੂੰ, ਅਤੇ ਅੱਜ ਪੋਤੇ ਨੇ ਦਾਦੇ ਨੂੰ ਇੱਕ ਜ਼ਮੀਨ ਦੇ ਟੁਕੜੇ ਖਾਤਰ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲਾ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਅਧੀਨ ਆਉਂਦਾ ਪਿੰਡ ਰਸੂਲਪੁਰ ਦਾ ਹੈ, ਜਿੱਥੇ ਮਹਿਜ਼ ਡੇਢ ਏਕੜ ਜ਼ਮੀਨ ਦੇ ਲਈ ਪੋਤੇ ਵੱਲੋਂ ਆਪਣੇ ਹੀ ਦਾਦੇ ਦਾ ਕਤਲ ਕਰ ਦਿੱਤਾ। ਕਿਹੋ ਜਿਹੀ ਮਾਂ ਜਿਸ ਨੂੰ ਮਾਂ ਸਮਝ ਕੇ ਇਸ ਨੂੰ ਪੁੱਤਾਂ ਦੇ ਵੱਲੋਂ ਪਾਲਿਆ ਜਾਂਦਾ ਹੈ, ਇਸ ਦੀ ਹਿੱਕ ਦੇ ਉੱਤੇ ਆਪਣੀ ਰੋਜ਼ੀ ਰੋਟੀ, ਆਪਣੀ ਜ਼ਿੰਦਗੀ ਨੂੰ ਗੁਜ਼ਰ ਬਸਰ ਕਰਨ ਦੇ ਲਈ ਫਸਲਾਂ ਉਗਾਈਆਂ ਜਾਂਦੀਆਂ ਨੇ, ਪਰ ਆਖਰ 'ਤੇ ਕਿਸੇ ਨਾ ਕਿਸੇ ਪੁੱਤ ਦੀ ਮਨ ਦੇ ਵਿੱਚ ਅਜਿਹੀ ਖੋਟ ਜ਼ਰੂਰ ਆ ਜਾਂਦੀ ਹੈ ਕਿ ਉਹ ਇਸ ਮਾਂ ਨੂੰ ਪਾਉਣ ਦੇ ਲਈ ਆਪਣੇ ਰਿਸ਼ਤੇਦਾਰ, ਆਪਣੇ ਸਖੀ ਸੰਬੰਧੀ ਨੂੰ ਵੀ ਮਾਰ ਦਿੰਦਾ ਹੈ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਮਾਮਲੇ ਦੇ ਵਿੱਚ ਜਸਵੰਤ ਸਿੰਘ ਦੀ ਮੌਤ ਹੋਈ ਆ। ਜਸਵੰਤ ਸਿੰਘ ਦੇ ਨਾਮ 9 ਏਕੜ ਜ਼ਮੀਨ ਸੀ, ਜਿਸ ਦੇ ਵੱਲੋਂ 3-3 ਏਕੜ ਆਪਣੇ ਪੁੱਤਰਾਂ ਨੂੰ ਅਤੇ 3 ਏਕੜ ਜ਼ਮੀਨ ਆਪਣੇ ਲਈ ਰੱਖੀ ਗਈ ਸੀ, ਜਿਸ ਵਿੱਚ ਵਸੀਅਤ 'ਚ ਲਿਖਿਆ ਜਾਂਦਾ ਕਿ ਜਸਵੰਤ ਸਿੰਘ ਤੋਂ ਬਾਅਦ ਇਸ 3 ਏਕੜ ਦਾ ਵੀ 1.5-1.5 ਏਕੜ ਦੋਵਾਂ ਮੁੰਡਿਆਂ ਨੂੰ ਦੇ ਦਿੱਤਾ ਜਾਵੇਗਾ। ਪਰ ਕਿਧਰੇ ਕੁਝ ਅਜਿਹੀ ਖਬਰ ਆਉਂਦੀ ਹੈ ਕਿ ਜਸਵੰਤ ਸਿੰਘ ਇਸ ਤੋਂ ਮੁਨਕਰ ਹੋਣ ਲੱਗਦਾ ਆ, ਤਾਂ ਗੁੱਸੇ ਵਿੱਚ ਆ ਕੇ ਪੋਤੇ ਵੱਲੋਂ ਆਪਣੇ ਹੀ ਦਾਦੇ ਦਾ ਕਤਲ ਕਰ ਦਿੱਤਾ ਜਾਂਦਾ ਆ ਸਿਰਫ 1.5 ਏਕੜ ਜ਼ਮੀਨ ਦੇ ਲਈ। ਤਾਂ ਕੀ ਕੁਝ ਕਹਿਣਾ ਇਸ ਪੂਰੇ ਮਾਮਲੇ ਦੇ ਵਿੱਚ DSP ਅਮਰੀਤ ਸਿੰਘ ਉਹਨਾਂ ਦਾ, ਆਓ ਸੁਣਦੇ ਹਾਂ। ਜਸਵੰਤ ਸਿੰਘ 9 ਕਿੱਲੇ ਜ਼ਮੀਨ ਦਾ ਮਾਲਕ ਸੀਗਾ, ਜਿਹੜੀ ਕਿ ਪਿੰਡ ਰਸੂਲਪੁਰ ਵਿਖੇ ਸੀਗੀ। ਜਸਵੰਤ ਸਿੰਘ ਨੇ ਇਹ ਫੈਮਿਲੀ ਦੇ ਵਿੱਚ ਇਹ ਸੈਟਲ ਹੋਇਆ ਸੀਗਾ ਵੀ ਇਹ 3-3 ਕਿੱਲੇ ਜਿਹੜੇ ਆਪਦੇ ਮੁੰਡਿਆਂ ਨੂੰ ਦਊਗਾ, ਭਾਵ ਮਨਦੀਪ ਸਿੰਘ ਨੂੰ, ਅਤੇ ਜਿਹੜੇ ਬਾਕੀ 3 ਕਿੱਲੇ ਹੈਗੇ ਆ ਉਹ ਇਹਨੂੰ ਵਸੀਅਤ ਬਣਾਈ ਸੀਗੀ ਇਸਨੇ, ਆਪਣੇ ਦੋਨੋਂ ਮੁੰਡਿਆਂ ਨੂੰ 3-3 ਕਿੱਲੇ ਦਊਗਾ ਅਤੇ 3 ਕਿੱਲੇ ਉਹ ਆਪ ਰੱਖੇਗਾ। ਅਤੇ ਉਹਨੇ ਇਹ ਵੀ ਇਕਰਾਰ ਕੀਤਾ ਸੀਗਾ ਵੀ ਜਿਹੜਾ ਆ ਮੇਰੀ ਮੌਤ ਤੋਂ ਬਾਅਦ 1.5-1.5 ਕਿੱਲਾ ਹੋਰ ਆ ਜਾਊਗਾ, ਯਾਨੀ ਕਿ ਦੋਨੋਂ ਭਰਾਵਾਂ ਨੂੰ 4.5 ਕਿੱਲੇ ਜਗ੍ਹਾ ਆ ਜਾਏਗੀ। ਲੇਕਿਨ ਪਿਛਲੇ ਦਿਨਾਂ ਦੇ ਵਿੱਚ ਆ ਕਿ ਉਸਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਦਾਦਾ ਸੀਗਾ ਜਸਵੰਤ ਸਿੰਘ ਉਹ ਇਸ ਗੱਲ ਤੋਂ ਮੁਨਕਰ ਹੋ ਗਿਆ ਸੀਗਾ, ਅਤੇ ਉਹਨੇ ਰਿਸ਼ਤੇਦਾਰੀ 'ਚ ਇਹ ਗੱਲ ਕਹੀ ਸੀ ਵੀ ਮੈਂ ਇਹ ਜ਼ਮੀਨ ਆਪਣੇ ਇਹਨੂੰ ਨਾਂ ਦੇ ਕੇ ਅਤੇ ਆਪਣੀ ਉਹਦੀ ਚਾਚੀ ਨੂੰ ਆਪਣੀ ਨੌਂਹ ਦੇ ਨਾਂ 'ਤੇ ਕਰਾ ਦੇਗਾ, ਜਿਸ ਦਾ ਰੰਜਿਸ਼ ਇਸ ਮੁੰਡੇ ਨੇ ਬਲਜੀਤ ਨੇ ਆਪਣੇ ਮਨ ਵਿੱਚ ਰੱਖ ਲਈ ਅਤੇ ਇਹਨੇ ਪੁੱਛਗਿੱਛ ਦੇ ਵਿੱਚ ਇਕਰਾਰ ਵੀ ਕੀਤਾ ਹੈ, ਮੰਨਿਆ ਵੀ ਹੈ ਵੀ ਪਹਿਲਾਂ ਮੈਂ ਆਪ ਆਤਮ ਹੱਤਿਆ ਕਰਨ ਦੀ ਸੋਚੀ ਸੀਗੀ ਇਸ ਗੱਲ ਤੋਂ, ਅਤੇ ਲੇਕਿਨ ਫਿਰ ਮੈਂ ਸੋਚਿਆ ਵੀ ਕਿਉਂ ਨਾ ਜਿਹੜਾ ਪਹਾੜੇ ਦੀ ਜੜ੍ਹ ਹੈ ਦਾਦੇ ਨੂੰ ਹੀ ਮੈਂ ਮਾਰ ਦੇਵਾਂ, ਅਤੇ ਇਹ ਇਸਦੇ ਰੰਜਿਸ਼ ਨੂੰ ਆਪਣੇ ਮਨ ਵਿੱਚ ਲੈ ਕੇ ਸਵੇਰੇ 5 ਵਜੇ ਖੇਤਾਂ ਦੇ ਵਿੱਚ ਜਾ ਕੇ ਬੈਠ ਗਿਆ ਹਥਿਆਰ ਦੇ ਨਾਲ, ਜਿਹੜਾ ਕਿਰਪਾਨ ਸੀਗੀ, ਅਤੇ ਜਦੋਂ ਹੀ ਇਹਦਾ ਦਾਦਾ ਆਇਆ ਬੈਠ ਕੇ ਉਹ ਘਾਹ ਵੰਡ ਹੱਥੇ ਕੱਟ ਰਿਹਾ ਸੀਗਾ ਅਤੇ ਇਹਨੇ ਜਾ ਕੇ ਸਿਰ ਦੇ ਵਿੱਚ ਵਾਰ ਕੀਤਾ। ਪਹਿਲਾਂ ਇਕੱਲਾ ਵੀ ਸੀ ਕਿ ਹੋਰ ਵੀ ਸੀ? ਜੋ ਹੁਣ ਤੱਕ ਦੀ ਤਫਤੀਸ਼ ਤੋਂ ਤਾਂ ਇਹ ਬਿਲਕੁਲ ਇਕੱਲਾ ਹੀ ਸੀਗਾ ਜੀ। ਉੱਥੇ ਕਿਹਦੇ ਬਿਆਨਾਂ ਦੇ ਪਰਚਾ ਦਾ? ਜਿਹੜਾ ਪਰਚਾ ਆ ਉਹ ਮਰਨ ਵਾਲੇ ਦੇ ਬੇਟੇ ਦੇ ਨਾਂ 'ਤੇ, ਯਾਨੀ ਕਿ ਜਿਹੜਾ ਮੁੰਡੇ ਦਾ ਚਾਚਾ ਲੱਗਿਆ ਉਹਦੇ ਬਿਆਨ 'ਤੇ ਦਰਜ ਕੀਤਾ ਗਿਆ, ਮਨਦੀਪ ਸਿੰਘ ਦੇ ਬਿਆਨ 'ਤੇ। ਹਾਂ, ਇਹਦੇ ਵਿੱਚ ਗੱਲ ਦੱਸਣ ਯੋਗ ਹੈ ਜੀ ਵੀ ਇਹੀ ਮੁੰਡੇ ਨੇ ਜਦੋਂ ਇਹ ਸਿਰਫ 14-15 ਸਾਲ ਦਾ ਸੀਗਾ ਉਦੋਂ ਵੀ ਇਹਨੇ ਇਸ ਰੰਜਿਸ਼ ਤੋਂ ਲੈ ਕੇ, ਜ਼ਮੀਨ ਦੀ ਰੰਜਿਸ਼ ਨੂੰ ਲੈ ਕੇ ਆਪਣੇ ਦਾਦੇ ਦੇ ਸੱਟ ਮਾਰੀ ਸੀਗੀ। ਸਿਰਫ 3 ਏਕੜ ਜ਼ਮੀਨ ਜਸਵੰਤ ਸਿੰਘ ਉਹਨਾਂ ਦੀ ਮੌਤ ਦਾ ਕਾਰਨ ਬਣੀ ਹੈ। ਪੋਤੇ ਦੇ ਵੱਲੋਂ 1.5 ਏਕੜ ਜ਼ਮੀਨ ਦਾ ਹਿੱਸਾ ਲੈਣ ਦੇ ਲਈ ਆਪਣੇ ਦਾਦੇ ਨੂੰ ਮਾਰ ਦਿੱਤਾ। ਨੌਜਵਾਨ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਖੁਦਕੁਸ਼ੀ ਕਰਨ ਦਾ ਮਨ ਬਣਿਆ ਸੀ, ਪਰ ਫਿਰ ਸੋਚਿਆ ਕਿ ਸਿਰਫ ਦਾਦੇ ਕਰਕੇ ਹੀ ਇਹ ਸਾਰੇ ਝਮੇਲੇ ਖੜ੍ਹੇ ਹੁੰਦੇ, ਕਿਉਂ ਨਾ ਦਾਦੇ ਨੂੰ ਹੀ ਮਾਰ ਦਿੱਤਾ ਜਾਵੇ। ਇੱਥੇ ਗੌਰਤਲਬ ਇਹ ਵੀ ਹੈ ਕਿ 14 ਸਾਲ ਦੀ ਉਮਰ ਵਿੱਚ ਜ਼ਮੀਨੀ ਵਿਵਾਦ ਨੂੰ ਹੀ ਲੈ ਕੇ ਇਸੇ ਪੋਤੇ ਦੇ ਵੱਲੋਂ ਆਪਣੇ ਦਾਦੇ ਦੀ ਸੱਟ ਵੀ ਮਾਰੀ ਗਈ ਸੀ, ਅਤੇ ਅੱਜ ਫਿਰ 10 ਸਾਲ ਬਾਅਦ ਯਾਨੀ ਕਿ 24 ਸਾਲ ਦੀ ਉਮਰ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਆਪਣੇ ਦਾਦੇ ਨੂੰ ਇਸੇ ਜ਼ਮੀਨ ਦੇ ਲਈ ਮਾਰ ਦਿੱਤਾ ਗਿਆ ਹੈ। ਸਵਾਲ ਵੱਡਾ ਆ ਕਿ ਜ਼ਮੀਨਾਂ ਖਾਤਰ ਕਦੋਂ ਰਿਸ਼ਤੇ ਤਾਰ ਤਾਰ ਹੁੰਦੇ ਰਹਿਣਗੇ, ਕਦੋਂ ਤੱਕ ਖੂਨ ਪਾਣੀ ਹੁੰਦੇ ਰਹਿਣਗੇ, ਇਸ ਦੇ ਉੱਤੇ ਇੱਕ ਢੁੱਕਵਾਂ ਹੱਲ ਜ਼ਰੂਰ ਚਾਹੀਦਾ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹਾਦਰ ਸਿੰਘ ਟਿਵਾਣਾ ਦੀ ਰਿਪੋਰਟ।